पंजाब स्टेट मिनिस्ट्रियल सर्विसेज यूनियन लुधियाना ने सिविल सर्जन दफ्तर के बाहर धरना दिया। इस दौरान यूनियन द्वारा स्टाफ नर्सेज एसोसिएशन के साथ सरकार के मुलाजिम विरोधी नोटिफिकेशंस की कॉपियां फूंकी गई। इस अवसर पर यूनियन के जिला प्रधान संजीव भार्गव ने बताया कि 1 जनवरी 2016 के बाद भर्ती कर्मियों को प्रोबेशन पीरियड के दौरान छठे पे कमीशन के मुताबिक बनते बकाए देने से इनकार करने, ग्रामीण भत्ता बंद करने, फिक्स ट्रेवलिंग भत्ता बंद करने, 2011 में पांचवें पे कमीशन की त्रुटियों को दूर करके जारी किए गए ग्रेड पे को छठे पे कमीशन में खत्म करने को लेकर मुलाजिमों में सरकार के खिलाफ नाराजगी है। इसराइल यूनियन ने रेगुलर होने की मांग को लेकर पिछले काफी समय से हड़ताल पर बैठे नेशनल हेल्थ मिशन कर्मियों को भी मिनिस्ट्रियल यूनियन की ओर से समर्थन देने का ऐलान किया। उन्होंने कहा कि ये मुलाजिम विभाग की रीढ़ की हड्डी हैं। इन मुलाजिमों को जल्द से जल्द रेगुलर किया जाए ताकि सामाजिक व आर्थिक रूप से इनके जीवन स्तर को ऊंचा किया जा सके। लुधियाना से हलचल के लिए अरुण की रिपोर्ट। पिछे भी जिहड़ा सारे संघर्ष करके चाहे वह पे कमीशन की गल कर लिए, चाहे 1/16 तो बाद 15% मुलाजमान की गल कर जो लेके दिता वा, चाहे DA की गल कर लिए, इन्नी बशर्म सरकार मैं नहीं देखी। बिना संघर्षों तो देन च बिल्कुल ही विश्वास ही नहीं रखती। इन्हों का वित्त मंत्री आ ऑलवेज उन्हें पुठी गल करनी आ। एक इन्हों के जोड़े IAS अफसर आ, वह नहीं समझ लगती भी IAS सरकार चला रहे या पंजाब सरकार चला रही है। हुण इन्हां ने कुछ ही चालां चल के जिहड़े साडे भत्ते सीगे वो क्रमवार रुके जा रहे हैं। चाहे रूरल एरिया की गल कर लिए, चाहे असी गल कर लिए FTA की, चाहे असी गल कर लिए एडिशनल HRA की, चाहे अकैडमिक की। हुण इन्हां ने नवीं चाल चली आ भी 1/16 तो बाद जिहड़े प्रोबेशन पीरियड सीगे कर्मचारी उन्हां दा पे प्रोबेशन पीरियड काउंट ही नहीं कर रहे। जिदन वो प्रोबेशन पीरियड चो बाहर आऊगा उदों तो पे फिक्स करनी आ। ਇਹ ਸਾਨੂੰ ਕਤਾਈ ਮਨਜ਼ੂਰ ਨਹੀਂ। ਜੇ ਇਹ ਇਸ ਚਾਲਾਂ ਤੋਂ ਨਾ ਹਟੇ, ਇਹ ਸਾਨੂੰ ਹਲੇ ਛਿੱਲ ਕੇ ਦੇਖ ਰਹੇ ਆ, ਇਹ ਸਾਡਾ ਹੱਥ ਵੱਢਣ ਨੂੰ ਫਿਰਦੇ ਆ। ਅਸੀਂ ਬਿਲਕੁਲ ਮਨਜ਼ੂਰ ਨਹੀਂ ਕਰਨਾ। ਇਲੈਕਸ਼ਨਾਂ ਆ ਰਹੀਆਂ ਨੇ, ਅਸੀਂ ਇਹਨਾਂ ਨੂੰ ਦੱਸਾਂਗੇ। ਜੇ ਅਸੀਂ ਰਾਜ ਦੇਣ ਜਾਣਦੇ ਹਾਂ, ਰਾਜ ਖੋਣ ਵੀ ਜਾਣਦੇ ਹਾਂ, ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮਨਾ ਕੇ ਹਟਾਂਗੇ। ਹਾਈ ਕਮਾਂਡ ਨੂੰ ਸਾਡੀ ਬੇਨਤੀ ਹੈ PMS ਜੀ ਨੂੰ ਵੀ ਛੇਤੀ ਤੋਂ ਛੇਤੀ ਸੰਘਰਸ਼ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਕੋਝੀਆਂ ਚਾਲਾਂ ਰੋਜ਼ ਦੀ ਰੋਜ਼ ਚੱਲ ਰਹੇ ਆ ਅਸੀਂ ਨਹੀਂ ਚੱਲਣ ਦੇਣੀਆਂ। ACP ਜਿਹੜੀ ਆ ਉਹ ਵੀ ਇਹਨਾਂ ਨੇ ਬੰਦ ਕਰਤੀ ਆ ਨਵੇਂ ਮੁਲਾਜ਼ਮਾਂ ਲਈ, ਉਹ ਨਹੀਂ ਹੋਣ ਦੇਣਾ। ਰੂਰਲ ਏਰੀਆ ਦੀ ਗੱਲ ਕਰ ਲਈਏ, ਉਹ ਨਹੀਂ ਹੋਣ ਦੇਣਾ। ਮੈਨੂੰ ਪਤਾ ਲੱਗਿਆ HRA 'ਤੇ ਵੀ ਗੱਲ ਚੱਲਦੀ ਆ, ਬਿਲਕੁਲ ਮਨਜ਼ੂਰ ਨਹੀਂ ਹੋਣੀ ਇਹ ਗੱਲ। ਇਹ PMSU ਆਪਣੀ ਹੱਕਾਂ ਮੰਗਾਂ ਲਈ ਖੜੀ ਆ ਔਰ ਖੜਦੀ ਰਹੇਗੀ। ਸੰਘਰਸ਼ ਬਹੁਤ ਤੇਜ਼ ਹੋਊਗਾ ਜੇ ਇੱਦਾਂ ਹੀ ਕੁਝ ਚਾਲਾਂ ਚੱਲੀਆਂ। ਜੋ ਹਾਈਕਮਾਂਡ ਸਾਡੀ ਫੈਸਲਾ ਕਰੂਗੀ, ਚਾਹੇ ਉਹ ਸੜਕਾਂ ਦੇ ਉਤਰਨ ਦੀ ਗੱਲ ਆ, ਚਾਹੇ ਪਿੰਡ ਆਉਣ ਦੀ ਗੱਲ ਆ, ਚਾਹੇ ਪੁਤਲੇ ਸਾੜਨ ਦੀ ਗੱਲ ਆ, ਚਾਹੇ ਘੜੇ ਤੋੜਨ ਦੀ ਗੱਲ ਆ, ਅਸੀਂ ਨਹੀਂ ਹਟਣਾ। ਚਾਹੇ ਕੋਡ ਆਫ ਕੰਡਕਟ ਵੀ ਲੱਗ ਜਾਵੇ, ਅਸੀਂ ਨਹੀਂ ਹਟਣਾ ਗਾ। ਦੇਖੋ, ਚੋਣ ਕਮਿਸ਼ਨ ਦਾ ਰਾਜ ਆ, ਪਰ ਵਰਕਿੰਗ ਤਾਂ ਇਹਨਾਂ ਨੇ ਕਰਨੀ ਆ। ਕੁਛ ਮਸਲੇ ਜਿਹੜੇ ਪਾਈਪਲਾਈਨ 'ਚ ਹੁੰਦੇ ਆ ਜਾਂ ਪੈਂਡਿੰਗ ਹੁੰਦੇ ਆ, ਇਹ ਮਾਨਯੋਗ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਉਹਨੂੰ ਹੱਲ ਕਰ ਸਕਦੇ ਆ, ਕਿਉਂਕਿ ਇਹਨਾਂ ਨੇ 5 ਸਾਲਾਂ 'ਚ ਕੀਤਾ ਹੀ ਕੁਛ ਨਹੀਂ। ਉਹਨਾਂ ਦਾ ਮਨਜ਼ੂਰੀ ਲੈ ਕੇ ਕਰ ਦੇਣ, ਕਰਨਾ ਪੈਣਾ ਵਾ ਜੇ ਇੱਛਾ ਸ਼ਕਤੀ ਹੋਵੇ ਤਾਂ ਕਰ ਸਕਦੇ ਆ। ਸਰ, ਸਾਡੇ ਜਿੰਨੇ ਵੀ ਅਲੱਗ ਅਲੱਗ ਕੈਡਰ ਹੈ, ਸਾਰਿਆਂ ਨੂੰ 18 ਤੋਂ 20 ਸਾਲ ਹੋ ਗਏ ਆ। NHM ਡਿਪਾਰਟਮੈਂਟ ਦਾ ਹਰ ਕੈਡਰ ਇੰਨੀ ਸ਼ਿੱਦਤ ਨਾਲ ਕੰਮ ਕਰ ਰਿਹਾ, ਪਰ ਇਹ ਸਾਰੇ ਹੀ ਬਹੁਤ ਹੀ ਕੰਮ ਨਿਗੁਣੀਆਂ ਸੈਲਰੀ ਸਾਰਿਆਂ ਨੂੰ ਮਿਲ ਰਹੀ ਹੈ। ਜਿਹੜੀ ਪਰਮਾਨੈਂਟ ਪੇ ਸਕੇਲ ਹੈ ਉਸ ਤੋਂ ਸਾਨੂੰ 1/3 ਪੇ ਸਕੇਲ ਦਿੱਤਾ ਜਾਂਦਾ ਹੈ, ਅਤੇ ਇਸ ਲਈ ਹੁਣ ਸਾਡੀ ਇੱਕੋ ਹੀ ਮੰਗ ਹੈ, ਜਾਂ ਤਾਂ ਬਰਾਬਰ ਕੰਮ ਬਰਾਬਰ ਤਨਖਾਹ ਦਿਓ ਜਾਂ ਫਿਰ ਸਾਨੂੰ ਪੱਕਾ ਕਰੋ। ਹੋਰ ਕੋਈ ਸਾਡੀ ਮੰਗ ਨਹੀਂ ਹੈ, ਇਸੇ ਮੰਗ ਨੂੰ ਲੈ ਕੇ ਧਰਨਾ ਹੈ, ਅਤੇ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਕਿ ਸਾਡੀ ਸਾਰੀਆਂ ਹੀ ਮੰਗਾਂ ਸਰਕਾਰ ਤੱਕ ਪਹੁੰਚਦੀਆਂ ਨਹੀਂ। ਕੀ ਲੱਗਦਾ ਕਿ ਲਗਾਤਾਰ ਤੁਹਾਡਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਜਾ ਰਹੀ ਹੈ, ਸਰਕਾਰ ਨੇ ਸੁਣਦੀ ਕੀ ਲੱਗਦਾ? ਸਰਕਾਰ ਇੱਦਾਂ ਨਹੀਂ ਕਿ ਸਰਕਾਰ ਸੁਣ ਨਹੀਂ ਰਹੀ, ਸਰਕਾਰ ਜਾਣ ਕੇ ਸਾਨੂੰ ਸੁਣ ਕੇ ਅਨਸੁਣਾ ਕਰ ਰਹੀ ਹੈ, ਪਰ ਜੇ ਉਹ ਨਹੀਂ ਸਾਨੂੰ ਸੁਣਦੀ, ਅਸੀਂ ਵੀ ਸੁਣਾਉਣਾ ਜਾਣਦੇ ਹਾਂ। ਸਾਡੇ ਜਿਹੜੇ ਵੀ ਲੀਡਰ ਸਾਹਿਬਾਨ ਹੈ ਜਿਹੜੇ ਚੰਡੀਗੜ੍ਹ, ਉਹਨਾਂ ਨੂੰ 50-60 ਦਿਨ ਹੋ ਗਏ ਚੰਡੀਗੜ੍ਹ ਵਿੱਚ ਸਟ੍ਰਾਈਕ। ਪਹਿਲਾਂ ਉਹਨਾਂ ਨੇ ਭੁੱਖ ਹੜਤਾਲ ਕੀਤੀ, ਫਿਰ ਅਸੀਂ ਖਰੜ ਵਿੱਚ ਰੈਲੀ ਕੀਤੀ ਬਹੁਤ ਵੱਡੀ, ਹੁਣ ਅੰਮ੍ਰਿਤਸਰ ਅਸੀਂ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕੀਤਾ। ਇਹ ਸਾਰੀਆਂ ਖਬਰਾਂ ਸਰਕਾਰ ਤੱਕ ਪਹੁੰਚ ਰਹੀਆਂ, ਇਹ ਸੁਣ ਕੇ ਅਨਸੁਣਾ ਕਰਨ ਵਾਲੀ ਗੱਲ ਹੈ ਕਿ ਸਰਕਾਰ ਸਾਡੀ ਗੱਲਾਂ ਨਹੀਂ ਸੁਣ ਰਹੀ, ਅਤੇ ਇਹਦਾ ਫਰਕ ਮਰੀਜ਼ਾਂ ਦੇ ਨਾਲ ਨਾਲ ਸਾਡੇ ਨਾਲ ਨਾਲ ਮਰੀਜ਼ਾਂ 'ਤੇ ਵੀ ਪੈ ਰਿਹਾ। ਬਿਲਕੁਲ ਜੀ, ਨੈਸ਼ਨਲ ਪਾਲਿਸੀ 'ਚ ਆਉਂਦੇ ਆ, ਅਤੇ ਬਾਕੀ ਅਦਰ ਸਟੇਟ ਵਿੱਚ ਵੀ ਉਹ ਨੈਸ਼ਨਲ ਪਾਲਿਸੀ ਦੇ ਅੰਡਰ ਹੀ ਆਉਂਦੇ ਆ। ਰਾਜਸਥਾਨ ਵਿੱਚ ਵੀ ਉਹ ਨੈਸ਼ਨਲ ਪਾਲਿਸੀ ਦੇ ਅੰਡਰ ਹੀ ਆ, ਹਰਿਆਣਾ ਵਿੱਚ ਵੀ ਉਹ ਨੈਸ਼ਨਲ ਪਾਲਿਸੀ ਦੇ ਅੰਡਰ ਹੀ ਆ। ਹਰਿਆਣਾ
ਵਿੱਚ 2018 ਤੋਂ ਇਕੁਅਲ ਵਰਕ ਇਕੁਅਲ ਪੇ ਸਕੇਲ ਲਾਗੂ ਹੈ ਕਿ ਉਹ ਨੈਸ਼ਨਲ ਪ੍ਰੋਗਰਾਮ ਜਾਂ ਉਹਨਾਂ ਦਾ ਸਟੇਟ ਪ੍ਰੋਗਰਾਮ ਹੈ ਨਹੀਂ ਨਾ ਅਤੇ ਸਿਰਫ ਪੰਜਾਬ ਲਈ ਵੱਖਰੇ ਰੂਲ ਕਿਉਂ ਹੈ ਪੰਜਾਬ ਸਰਕਾਰ ਵੱਖਰੀ ਕਿਉਂ ਚੱਲਦੀ ਪਈ ਹੈ ਸਾਰੀ ਸਰਕਾਰਾਂ ਤੋਂ ਬਸ ਸਾਡੇ ਇਹੀ ਸਵਾਲ ਹੈ ਜਿਹੜੇ ਸਰਕਾਰ ਤੱਕ ਪਹੁੰਚਣ ਚਾਹੇ ਚਿਹਰੇ ਬਦਲ ਜਾਣ ਸਵਾਲ ਸਾਰਿਆਂ ਸਾਰੇ ਸਾਡੇ ਜਿੰਨੇ ਵੀ ਸਾਥੀ ਹੈ ਸਾਡੀ ਭਰਾਤਰੀ ਜਥੇਬੰਦੀਆਂ ਸਾਰਿਆਂ ਦਾ ਇੱਕੋ ਹੀ ਹੈ ਕਿ ਸਰਕਾਰ ਤੱਕ ਇਹ ਗੱਲ ਪਹੁੰਚੇ ਕਿ ਇਹ ਡਿਪਾਰਟਮੈਂਟ 18 ਤੋਂ 20 ਸਾਲ ਤੋਂ ਰੈਗੂਲਰ ਹਰ ਕੰਡੀਸ਼ਨ 'ਚ ਅਨਕੰਡੀਸ਼ਨਲੀ ਆਪਣੀ ਸੇਵਾਵਾਂ ਨਿਭਾ ਰਿਹਾ ਅਤੇ ਨਿਭਾਉਂਦਾ ਰਹੂਗਾ ਪਰ ਸਾਨੂੰ ਹੁਣ ਸਾਡੇ ਹੱਕ ਚਾਹੀਦੇ ਜਿਹੜੇ ਅਸੀਂ ਮੰਗ ਨਹੀਂ ਰਹੇ ਸਾਡੀ ਕੋਈ ਇਹ ਡਿਮਾਂਡ ਨਹੀਂ ਕਿ ਅਸੀਂ ਕਿਸੇ ਤੋਂ ਕੁਛ ਮੰਗ ਰਹੇ ਹਾਂ ਇਹ ਸਾਡੀ ਮਤਲਬ ਸਾਡਾ ਹੱਕ ਹੈ ਸਾਨੂੰ ਮਿਲਣਾ ਚਾਹੀਦਾ ਅਸੀਂ ਉਹਨਾਂ ਤੱਕ ਆਵਾਜ਼ ਪਹੁੰਚਾਉਣੀ ਹੈ ਇਹ ਸਾਡੀ ਗੱਲ ਹੈ ਬਸ ਇਹ ਜ਼ਰੂਰ ਪਹੁੰਚੂਗੀ।